ਅਸਲਾਮ ਵਾਲੇਕਮ ਜੀ। ਅੱਜ ਮੈਂ ਡੇਰੇ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਆਹ ਬਾਈ ਮੈਨੂੰ ਕਹਿ ਰਿਹਾ ਸੀ ਮੇਰੀ ਵੀਡੀਓ ਬਣਾ, ਪੱਠੇ ਵੜ ਦਿਆਂ ਦੀ, ਕਹਿੰਦਾ ਹੁਣ ਲੋਕਾਂ ਨੂੰ ਵਿਖਾ ਨਾ ਲੋਕਾਂ ਦੇ। ਲੈ ਕਮਲਾ ਵਾਲਾ ਤਾਂ ਅੱਗੇ ਸਟਾਰ ਆ, ਨੀਲੀ ਟਿੱਕ ਲੱਗੀ ਉਹਨੂੰ। ਇਹ ਨਹੀਂ ਕਰਜ਼ਾ ਲਾਤਾ ਤਾਂ ਸਾਨੂੰ ਦੱਸ ਦੋ, ਅਸੀਂ ਖੁਦ ਖੁਸ਼ੀ ਕਰ ਲੈਂਦੇ ਹਾਂ। ਹਾਂ ਆਈ ਕੇ ਪਾਸੇ ਲੱਗ ਜਾਂਦੇ ਆ, ਤੁਹਾਡੇ ਕੋਲ ਹੀ ਕੁਛ ਹੁੰਦਾ ਦੇ। ਇਹ ਗੱਲ ਸੀਰੀਅਸ ਨਾ ਲੈ ਲੈਣ, ਇਕੱਲਾ ਕਰਿਓ ਜਸਟਿਫਾਈਜ਼ ਕਾਜੀ ਈਸਾ ਦੀ ਭੈਣ ਨੂੰ ਇੰਗੀ ਬੰਦੇ। ਚਲੋ ਦੀ ਬੇਬੇ ਨੇ ਜਾ ਕੇ ਗਾਲ ਹੀ ਕਰ, ਉਹਨੇ ਜਿਹੜਾ ਸਾਡੇ ਮੁਲਕ ਦੇ ਕਾਦਿਆਨੀਆਂ ਦੇ ਖਿਲਾਫ ਕੀਤਾ ਨਾ ਫੈਸਲਾ, ਯਕੀਨ ਕਰ ਐਦਾਂ ਕੀ ਕਰਨ ਦਿਆ ਕਿ ਇਹਦੀ ਬੁੱਢੀ ਦੀਆਂ ਜਾ ਕੇ ਨਾ ਚਪੇੜਾ ਮਾਰੀ ਉਹਨਾਂ ਨੂੰ, ਚਪੇੜਾ ਮਾਰੀ। ਆਹ ਗੱਲ ਕਰ, ਜੀ ਤੇ ਇਹਦੀ ਅੰਮਾ ਨੂੰ ਵੀ ਕਰਦਾ ਮਾਰਨ ਨੂੰ, ਪਰ ਕੀ ਕਰੀਏ। ਆ ਤੁਸੀਂ ਇਹ ਤੋਂ ਹਿਸਾਬ ਲੈ ਲਓ, ਦੁਨੀਆਂ 'ਚ ਨਹੀਂ ਵੱਢਣ ਪੱਠੇ ਡਿਆ ਵਾ ਅਤੇ ਗੱਲਾਂ ਵੇਖੋ ਕਿਹੜੀਆਂ ਕਿਹੜੀਆਂ ਕਰਨ ਡਿਆ ਵਾ, ਤਿਲ ਵੀ ਲੱਗੇ ਵੱਢਣੇ ਤੇ ਪੱਠੇ ਹੀ ਆ ਜਾ ਕੇ ਵੱਢਣੇ ਚੁੱਕੇ ਲੈ ਜਾਣਾ ਜਿਹਨੇ ਵੀਡੀਓ ਬਣਾਈ ਆ। ਮੈਨੂੰ ਤੇ ਪਤਾ ਨੀ, ਮੇਰਾ ਤੇ ਸਿਰਫ ਮੋਬਾਈਲ ਸੀ, ਅਸੀਂ ਵੇਲੇ ਚ ਦਾਰ ਰੋਟੀ ਖਾਵਾਂਗੇ। ਕਬੂਤਰ ਬੱਚੇ ਦਿੱਤੇ ਅੰਦਰ ਵੜ ਕੇ, ਪਤਾ ਨੀ ਕੀ ਹਿਸਾਬ ਕਿਤਾਬ ਆ। ਵੇਖ ਲੋ ਬੰਦੇ ਦੇ ਕੰਮ ਵੱਢਣ ਪੱਠੇ ਡਿਆ ਵਾ। ਉਹ ਹੋਟਲ ਤੇ ਵੇਖਿਆ ਸੀ ਮੁੜ ਕੇ, ਅੱਲਾ ਮਾਫੀ ਦੇ ਪਤਾ ਸੋਰੀ ਨੀਗਾ। ਗੱਲਾਂ ਵੇਖ ਲੋ ਕਿੱਡੀਆਂ ਕਿੱਡੀਆਂ ਵੱਡੀਆਂ ਕਰਨ ਡਿਆ। ਦਾਦਾ ਜਿਹੜੇ ਭਾਈ ਕਹਿੰਦਾ ਰੋਟੀ ਲਵਾ ਖੜੀ ਸੀ ਉਹਨੇ ਕੁਝ ਪਾਤਾ, ਜਿਹੜਾ ਸਾਡੇ ਪਿੰਡ ਦੇ ਹੁਕਮਰਾਨ ਸਟਾਰ ਹੈ ਉਹਨਾਂ ਨੂੰ ਗੱਲ ਨਹੀਂ ਕਰਨੀ ਕੋਈ ਵੀ। ਵੇਖ ਲੋ ਵੱਢਣ ਪੱਠੇ ਡਿਆ ਵਾ, ਹਾਲਾਤ ਚੱਲਦੇ ਨੇ ਨਾ ਹੈਂ, ਮੁੰਡੇ ਛਾਪਣ ਦਾ ਰਹਿਣਾ ਨੂੰ ਆ ਚੁੱਕੀ ਸੀ ਨੇ ਗੱਲੇ ਭੱਜ ਜਾਣਾ ਵਾ, ਉਹ ਥੋੜੇ ਦੇਣੀ ਨੇ। ਇੱਥੇ ਰਹਿਣਾ ਕਿੰਨੇ ਆ ਭੈਣ ਜੀ, ਇੰਨਾ ਪੈਸਾ ਖੜਨ ਕਿੱਥੇ ਦੇ ਮਨੇ ਹੈਰਾਨਗੀ ਆਉਂਦੀ ਹੈ, ਪਤਾ ਨਹੀਂ ਕਿੱਥੇ ਖੜਨ ਦੇ ਹਨ। ਕੀ ਆ ਜੀ ਯਾਰ, ਸਾਡੇ ਵਰਗੇ ਗਰੀਬ ਭੱਜ ਜਾਂਦੇ, ਹੋਰ ਕੁਛ ਨਹੀਂ ਯਾਰ, ਸਾਡੇ ਨਵਾਜ਼ ਨਾ ਆਪੇ ਲਿਪਸਟਿਕ ਵੇਚਦੇ ਨਾ, ਯਕੀਨ ਸਰ ਸਾਡੇ ਅੱਧਾ ਮੁਲਕ ਦਾ ਕਰਜ਼ਾ ਲੱਗ। ਕਿੰਨੇ ਦੀ ਆਈ ਲਿਪਸਟਿਕ ਮੈਨੂੰ ਤੇ ਵੀ ਨਹੀਂ ਪਤਾ, ਇਹਨਾਂ ਨੇ ਚਲਾ ਦੇ ਯੂਟਿਊਬ ਤੇ ਆ ਵੀ ਖਿਦਾਈ ਨੇ ਨਾ ਚੁੱਕ ਲੈ, ਨਹੀਂ ਆ ਵੀ ਲੈ ਜਾਣਾ ਚੁੱਕ ਕੇ ਨਹੀਂ ਖੜਦੇ ਯਾਰ। ਹੁਣ ਕੀ ਕਹਾਂ ਸ਼ਬਾਸ਼ ਖੋਤੇ ਨੂੰ, ਕੀ ਖੋਤਾ ਢੁੱਡ ਮਾਰਨ ਵਾਲਾ ਗੋਤਾ ਵਾ ਉਹ, ਪੈਰ ਤੇ ਢੁੱਡ ਰਹਿ ਵੱਧ ਗਿਆ ਤੇ ਦੁਨੀਆ ਵੱਡ ਕੇ ਖਾਂਦਾ, ਢੁੱਡ ਮਾਰਨ ਵਾਲਾ ਢੁੱਡ ਤੇ ਚੱਕ ਦੋਵੇਂ। ਉਹ ਮੈਨੂੰ ਛਾਪਦਾ 12 ਤੇ 12 24 ਤੇ 24 ਤੇ 24 48 48ਵੀਂ ਕਿਸਮ ਦਾ ਖੋਤਾ ਤਾਂ ਪੰਜਾਬ ਪੂਰੇ ਗੱਲ ਆ, 40 ਨਸਲਾਂ ਪਾਰ ਕਰਕੇ ਸਾਡੇ ਤੱਕ ਪਹੁੰਚਿਆ, ਲੱਭਾ ਕੀ ਸਾਨੂੰ ਖੋਤਾ ਪੱਠੇ ਵੜ ਲੈਣੇ, ਨਾਲੇ ਥੋੜੀ ਜਿਹੀ ਅਸੀਂ ਬਿਸਤੀ ਕਰ ਲੈਣੀ ਆ,
ਨਾ ਟਾਈਮ ਪਾਸ ਹੋ ਜਾਣਾ ਅੱਲਾ ਅੱਲਾ ਖੈਰ ਸੱਲਾ ਯਾਰ ਮੈਂ ਵੀ ਲੱਗਾ ਮੈਂ ਯੂਟਿਊਬ ਦਾ ਚੈਨਲ ਬਣਾਉਣ ਅੱਲਾ ਕਰੇ ਵੀਰੋ ਮੇਰੇ ਭਾਈਓ ਤੇ ਮੇਰੀ ਬੇਗਮੋ ਮੇਰੇ ਵੀਰੋ ਸਾਰੇ ਸਬਸਕ੍ਰਾਈਬ ਚੈਨਲ ਨੂੰ ਲਾਈਕ ਵੈਲਕਮ ਦਾ ਬਟਨ ਇਹ ਦਬਾ ਕੇ ਰੱਖਣਾ ਜਿਹੜਾ ਚੈਨਲ ਖਾਨ ਨੇ ਛੇਤੀ ਵਾਰ ਸ਼ਬਾਈ ਖੋਤਾ ਗੈਪ ਹੋ ਜਾਣਾ ਇੰਨਾ ਗੁੱਸਾ ਚੜਦਾ ਨਾ ਆਪਣੇ ਆਪ ਤੇ ਅਸੀਂ ਕਿਹਨੂੰ ਚਾਚੇ ਨੂੰ ਪੱਠੇ ਵੱਢਣੇ ਪੈਣੇ ਕਰਨੇ ਆ ਖੈਰ ਵੱਢ ਲੇਗਾ ਦੋ ਲੱਖ ਵੀਹ ਘਟੇਗਾ ਨਾ ਮੇਰੇ ਸਿਰੋਂ ਆਈਆ ਮੇਰੇ ਤਾਂ ਕਰਜ਼ਦਾਰ ਆ ਨਾ ਮੋਲਾ ਚੁੱਕ ਖੋਤੇ ਨੂੰ ਪੱਠੇ ਵੱਢਣ ਨਹੀਂ ਗਏ ਖੋਤਾ ਵੀ ਫਿਰਦੇ ਆਣਾ ਇੱਥੇ ਕਿਤੇ ਵੇਖ ਮਾਰ ਨਿਕਾ ਉੱਤੇ ਉਹ ਉੱਥੇ ਕਰਕੇ ਉਹ ਮੇਰੇ ਖੋਤੇ ਦੀ ਵੀਡੀਓ ਬਣਾਣਾ ਇੱਕ ਉਹ ਵਿਦਿਆ ਫਿਰ ਉਹ ਦੂਰ ਆ ਵੇ ਲੋ ਬੰਦਾ ਗਰਮੀ ਤਾਂ ਜਿਹਾ ਹੈ ਨਹੀਂ ਗੀ ਯਾਰਾ ਗਰਮੀ ਨਹੀਂ ਅੱਲਾ ਮੈਂ ਤਾਂ ਬੱਦਲ ਸਿਰ ਤੇ ਚੜਿਆ ਨਾ ਤਾਂ ਕਰਕੇ ਆਵੇ ਗਰਮੀ ਤਾਂ ਹੈ ਹੀ ਨਹੀਂ ਤੇ ਬੰਦਾ ਵੇਖੋ ਕਿੰਨਾ ਬੌਂਦ ਹੋਇਆ ਨਾਲੇ ਦਰਸ਼ ਜਿਹੜਾ ਨਾ ਗਰਮੀ ਚ ਉੱਤੇ ਮਰਾਸੀ ਹੁੰਦੇ ਆ ਅਸੀਂ ਬਾਹਰ ਬੈਠੇ ਠੰਡੀਆਂ ਹਵਾ ਲੋਕੀ ਠੰਡ ਚ ਮਰਾਸੀ ਹੁੰਦੇ ਅਸੀਂ ਗਰਮੀ ਚ ਮਰਾਸੀ ਹੁੰਦੇ ਸਰ ਗਰਮੀ ਜਿਹੜੀ ਲੱਗਦੀ ਹੈ ਅੱਲਾ ਕਰੇ ਮੇਰੇ ਵੀਰੋ ਸਾਰੇ ਮਹਾਨੇ ਦੇ ਨਾ ਆਪਣੇ ਜਲਦੀ ਜਲਦੀ ਫੋਲੋਵਰ ਸਬਸਕ੍ਰਾਈਬ ਤੇ ਬੈਲ ਕੌਮ ਦਾ ਬਟਨ ਲਾਈਕ ਹੋਰ ਕੀ ਆਉਂਦੇ ਨੇ ਮੈਨੂੰ ਦੱਸ ਦੇ ਮੈਂ ਉਹਨਾਂ ਨੂੰ ਲੈ ਕਮੈਂਟ ਫੋਲੋਵਰ ਜਿਹੜਾ ਕੁਛ ਭੈਣ ਯੱਕੀ ਚੱਲਣ ਦੀ ਉਹ ਸਾਰੀ ਇਹਨੂੰ ਪੇਸ਼ ਕਰੋ ਤਾਂ ਕਿ ਇਹ ਦਿਨਾਂ 'ਚ ਆਪਣਾ ਤਾਂ ਆਵੇ ਯੂਟਿਊਬ ਤੋਂ ਪੈਸੇ ਕਮਾਵੇ ਮੇਰੀ ਸਾਡੇ ਕੋਲ ਪਾਰਟੀ ਸ਼ਾਰਟੀ ਪਾਇਆ ਮੇਰੀ ਤਾਂ ਪੈਸੇ ਅੱਗੇ ਆ ਗਏ ਬਹੁ ਮੇਰੇ ਕੱਖ ਵੀ ਨਹੀਂ ਜਾਇਆ 1600 ਫੋਲੋਵਰ ਹੋ ਗਿਆ ਤੇਰਾ ਸੱਚੀ ਹੋਣੀ ਆ ਕਿ ਨਹੀਂ ਇਹ ਨਹੀਂ ਮੈਨੂੰ ਪਤਾ ਬਾਕੀ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਅਗਰ ਇਸ ਬੰਦੇ ਦੀਆਂ ਤੁਹਾਨੂੰ ਗੱਲਾਂ ਅੱਛੀਆਂ ਲੱਗੀਆਂ ਤੇ ਪਏ ਸਾਡੇ ਮੁਲਕ 'ਚ ਮਹਿੰਗਾਈ ਹੋ ਗਈ ਹੈ ਨਾ ਸਾਡੇ ਫਨਕਾਰ ਵੀ ਬਿਨਾਂ ਦੱਸਣ ਤੇ ਜਾਣਦੇ ਸਰਦਾਰ ਕਮਾਲ ਵੀ ਵੇਦਾਂ ਹੀ ਦੱਸਣ ਤੇ ਤੁਰ ਗਿਆ ਦੱਸਿਆ ਹੀ ਨਹੀਂ ਗਿਆ ਕਿ ਭਾਈ ਮਹਿੰਗਾਈ ਹੈ ਚੱਲਾ ਵਾ ਉਹਨੇ ਮਿੰਟ ਲਾਇਆ ਗਿਆ ਉਹ ਗਿਆ ਹੀ ਸਾਰੇ ਡਾਇਰੈਕਟਰ ਬੜਾ ਹੀ ਕਲਰ ਹੁੰਦੇ ਸੀ ਮੈਂ ਨਾ ਇਹਨਾਂ ਚੋਂ ਨਾ ਕੋਈ ਡੇਗ ਚੱਲਾ ਕਰੇ ਹਨ ਮਹਿੰਗਾਈ ਦੀ ਵਜ੍ਹਾ ਤੋਂ ਸਾਰੇ ਬੜਾ ਸਾਰੇ ਜਾਣ ਡੇ ਨੇ ਹੌਲੀ ਹੌਲੀ ਕੇ ਵੇਲਾ ਉਹਨਾਂ ਨੂੰ ਕੋਈ ਫਰਕ ਪੈਣ ਡਿਆ ਉਹਨਾਂ ਨੂੰ ਮੈਂ ਕੋਈ ਫਰਕ ਪੈਣ ਡਿਆ ਅਗਲਿਆਂ ਨੂੰ ਕੋਈ ਇਸ਼ੂ ਵੀ ਨਹੀਂ ਉਹਨਾਂ ਨੂੰ ਕਿਹੜਾ ਫਰਕ ਪੈਣਾ ਅੱਲਾ ਮਾਫੀ ਤੇ ਨਵਾਜ਼ ਸ਼ਰੀਫ ਫਰਕ ਪੈਂਦਾ ਤਾਂ ਨਵਾਜ਼ ਸ਼ਰੀਫ ਘਰੋਂ ਬਾਹਰ ਨਾ ਨਿਕਲ ਆਉਂਦਾ ਬਾਕੀ ਬੰਦਾ ਤੁਹਾਨੂੰ ਜੇ ਦੀਆਂ ਗੱਲਾਂ ਤੁਹਾਨੂੰ ਲੱਗੀਆਂ ਚੰਗੀਆਂ ਤੇ ਮੈਂ ਜਿਹੜੀ ਅਗਲੀਆਂ ਵੀਡੀਓ ਨਾਲ ਹੁਣ ਇਹਨਾਂ ਆਵਾਂ ਕਰਾਂਗਾ ਦੱਸਿਓ ਕਮੈਂਟ 'ਚ ਹੈਂ ਆਹੋ ਨਾਲੇ ਪੱਠੇ ਵੱਢੇ ਜਾਂਦੇ ਆ ਨਾਲੇ ਗੱਲਾਂ ਹੋ ਜਾਂਦੀਆਂ ਨੇ ਹੁਣ ਵੱਢ ਲੈ ਪੱਠੇ ਚੱਲ ਵੱਢ ਲਾ ਵੱਢ ਲਾ ਚੱਲ ਮੈਂ ਤੁਰ ਕੇ ਕਿੱਥੇ ਜਾਣਾ
ਮੈਨੂੰ ਕਹਿੰਦੇ ਸੀ ਆਟਾ ਦਾਣੇ ਖੜ ਚੱਕੀ ਤੇ, ਮੈਂ ਤਕਰੀਬਨ ਵਿਹਲਾ ਹੀ, ਹਾਂ ਵਿਹਲਾ ਹੀ, ਮੈਂ ਉਹਨੂੰ ਕਹਿੰਦੇ ਸੀ ਦਾਣੇ ਛੱਡ ਕੇ ਆ ਚੱਕੀ ਤੇ, ਅੱਛਾ ਸਬਜ਼ੀ ਲਿਆ ਕੇ ਦੇ, ਤੇ ਮੈਂ ਉਹਨੂੰ ਆ ਗਿਆ। ਯੂਟਿਊਬ ਤੇ ਕੀ ਅੱਲਾ ਮਾਫੀ ਤੇ ਕੀ ਕਹੇ ਕੁੜੀਆਂ ਨੂੰ ਗੱਲਾਂ ਕਰਦੀਆਂ, ਖੇ ਕਰਦੀਆਂ ਕੁੜੀਆਂ ਗੱਲਾਂ, ਕੋਈ ਵੀ ਨਹੀਂ ਗੱਲਾਂ ਕਰਦਾ ਸਾਡੇ ਨਾਲ, ਸਾਡੇ ਗਰੀਬਾਂ ਨਾਲ ਕਿੰਨਾ ਕਰਨ, ਕਿੰਨੇ ਗੱਲਾਂ ਕਰਨੀਆਂ ਯਾਰ, ਕਰਦੇ ਗੱਲਾਂ ਭਲਾ ਕਿੱਥੇ, ਯੂਟਿਊਬ ਤੇ ਨਹੀਂ ਟਿਕਟੋਕ ਤੇ ਕਰਦੇ ਆ। ਉਹ ਕਹਿੰਦੇ ਫਿਰ ਲੋਕਾਂ ਦੇ ਯੂਟਿਊਬ ਤੇ ਪੈਸੇ ਕਮਾਓ, ਆਪਣੇ ਸਾਹਮਣੇ ਗੱਲਾਂ ਕਰਦੇ, ਉਹ ਟਿਕਟੋਕ ਤੇ, ਯੂਟਿਊਬ ਤੇ ਨਹੀਂ ਟਿਕਟੋਕ ਤੇ ਲਾਈਵ ਬੈਂਦੇ ਆ, ਮੈਚ ਲੱਗਦੇ ਆ ਵੇਲਾ, ਸਾਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਦਾ, ਭੈਣ ਚ ਕੀ ਲੋਕਾਂ ਨੇ ਕਰ ਛੜਿਆ ਭਾਈ, ਬੜੀ ਤੇਜ਼ ਹੋ ਗਈ ਸੋਸ਼ਲ ਮੀਡੀਆ, ਟੱਚ ਨਹੀਂ ਚਲਾਉਣਾ ਆਉਂਦਾ, ਸਹੀ ਗੱਲ ਹੈ, ਹਾਲਾਂਕਿ ਇੰਨਾ ਪੜ੍ਹੇ ਵੀ ਆ, ਕਿੰਨਾ ਕੁ ਪੜ੍ਹੇ ਆ, 10-12 ਦੇ ਕੀ ਚੀਜ਼ਾਂ, ਆਹੋ ਐਫ ਏ ਆ, ਮੇਰਾ ਐਫ ਏ ਆ, ਤੇਰਾ ਤੇ ਮੇਰੇ ਤੋਂ ਹੀ ਬਹੁਤ ਹੈ, ਡਬਲ ਐਮ ਏ ਕੀਤਾ, ਆਹੋ ਸਰ ਸੋਰੀ, ਡਬਲ ਐਮ ਏ, ਵੇਲਾ ਨਹੀਂ ਨਾ ਪਤਾ ਲੱਗਦਾ, ਗਰਮੀ ਬੜੀ ਹੈ, ਕੀਤਾ ਰੈਗੂਲਰ ਚ ਕੀਤਾ, ਸਿਰਫ ਤੂੰ ਡਬਲ ਐਮ ਏ ਕੀਤਾ, ਆਹੋ ਇਹਦਾ ਵੀਰੋ ਸਾਰੇ ਸੁਣ ਲਓ, ਡਬਲ ਐਮ ਏ ਆ ਨਾ ਉਰਦੂ ਚ ਨਾ ਇੰਗਲਿਸ਼ ਚ, ਹਾਂਜੀ ਪਹਿਲਾ ਹੀ ਡਬਲ ਐਮ ਏ, ਤੇ ਮੇਰਾ ਵੀਰ ਹਾਂ ਮੈਨੂੰ ਹੌਸਲਾ ਦੋ, ਚੁੱਕ ਮਾਨੇ ਨੂੰ ਫਿਰ ਹੌਸਲਾ ਦੋ, ਵੜ ਲਾ ਯਾਰ ਢੇਰੀ ਇੱਕ, ਨਹੀਂ ਚੱਲੀ ਗਈ ਬਸ, ਚੱਲੀ ਜਾਂਦਾ, ਬੂ ਵਾਲੇ ਨੂੰ ਫੇਰ ਹੀ ਵੱਡਾ, ਹੁਣ ਵੀਡੀਓ ਚੰਗੀ ਲੱਗੀ ਹੋਵੇ, ਅਗਰ ਗੱਲਾਂ ਮੇਰਾ ਵੀ ਗੱਲਾਂ ਚੰਗੀਆਂ ਲੱਗੀਆਂ ਹੋਣ ਤਾਂ ਦੱਸਿਓ ਜੀ, ਹੈ ਮਿਲਦੇ ਹਾਂ ਨੈਕਸਟ ਵੀਡੀਓ 'ਚ।